नाना चंगा लगदा ते ऐन इश्क माही वाली नहर वगे कई खड़िया करमा वालड़िया एक कोजिया भी लग पार गईया खर रोंदिया शकल वालड़िया एक सोनिया दे मथे दाग माही पारो लाल दे अंदरो कालड़िया यार फरीद अल्लाह करम करे ऐबा वालिया दे मथे दालड़िया ते रब करे इस धरती उत्ते कोरा जिन्ना दुख ना होवे कोई भी पीड़ा मुख ना होवे एक भी सुखा रुख ना होवे कोई भी सुखी कुख ना होवे अंतर जानी भुख ना होवे रब करे इस धरती उत्ते कोरा जिन्ना दुख ना होवे ते रब करे इस धरती उत्ते सदरा खुशियां जावा खेडण पत्तिया नाल हवावा खेडण किंगली पाके बावा खेडण सावा दे नाल सावा खेडण रब करे इस धरती उत्ते पोरा जिन्ना दुख ना होवे ते रब करे इस धरती उत्ते हर एक शाम सहानी होवे शहर तो मिठा पानी होवे बस फुला दी टहनी होवे प्यार दी आनी जानी होवे हर कोई राजा राणी होवे रब करे इस धरती उत्ते पोरा जिन्ना दुख ना होवे रब करे इस धरती उत्ते पोरा जिन्ना दुख ना होवे सजना बेलियो मित्रो करमाली पागवाली पाक कविता धरती सोने कबड्डी दे प्रमोटर दी धरती सोने सुपरस्टार दी धरती 13-11 शहीद कबड्डी क्लब वर्सेस 7-11 पिंडर कबड्डी क्लब अस्ताद तारक पिंडर शाहगंज पिंडर उन्हां दी टीम जल्दी पिंड बता दिया करो जी 13-11 शहीद कबड्डी क्लब राणा मोहम्मद इरफान साहब शहीद और पाकिस्तान राणा अली शाह साहब और भाई नासर फंडी साहब की टीम लैके जल्दी पिंड बता दी पुजो और भाई तारक पिंडर साहब भाई शाहगंज पिंडर साहब 7-11 पिंडर कबड्डी क्लब माशाला सोने कबड्डी के लाड़े सोने कबड्डी के सुपरस्टार दूसरे पास माशाला सरोज पट्टी शाह अली पल्ला बलाल चोरा सुदाबाद बाली जाट राणा मोहम्मद अजहर असामा जाट 13-11 माशाल्लाह सुदाबाद दी दोनों टीमां अपने अपने इलाके दी अपने अपने पिंड दी सुपरस्टार टीमां 13-11 शहीद कबड्डी क्लब वर्सेस 7-11 पिंडर कबड्डी क्लब जल्दी करके पिंड दा जा करो जी ई भाई नासर पट्टी साहब ताडिया महबूबा ताडिया मेहता और वहां के कबड्डी दा अज दा सजाया हुआ मेला वीडियो मैच
ਮੋਕੀਤ ਕ੍ਰੀਏਸ਼ਨ ਕਬੱਡੀ ਕਲੱਬ 48-12 ਟੀਚਾਵਤਨੀ ਮੋਕੀਤ ਕ੍ਰੀਏਸ਼ਨ ਕਬੱਡੀ ਕਲੱਬ 48-12 ਬਿਲਕੁਲ ਇੱਕ ਵੱਖਰੇ ਅੰਦਾਜ਼ ਨਾਲ ਮਾਸ਼ਾਅੱਲਾ ਖੇਡ ਮੈਦਾਨ ਦੇ ਨਾਲ ਭਾਈ ਭੰਮਲ ਸਾਹਿਬ ਹੈਪੀ ਪੰਜਾਬ ਕਬੱਡੀ ਕਲੱਬ ਜਿਹਨਾਂ ਦੇ ਨਾਲ ਤੁਸੀਂ ਹਮੇਸ਼ਾ ਹੀ ਗਰਾਊਂਡਾਂ ਨਾਲ ਆਪਣੀਆਂ ਮੁਹੱਬਤਾਂ ਸਾਂਝਾ ਕਰਦੇ ਆ। ਇੱਕ ਦਫਾ ਅਸੀਂ ਇਹਨਾਂ ਦਾ ਔਰ ਸਾਡਾ ਵੀ ਜੀ ਸ਼ਾਮੀ ਅੱਡਾ ਖੁੱਲੀਆਂ ਤੋਂ ਸੋਹਣਾ ਚੱਲਦਾ ਹੈ ਸਾਉਣ ਹਰ ਮੈਦਾਨ ਦੀ ਸੀਨਤ ਔਰ ਤੁਹਾਡੇ ਕੰਨਾਂ ਤੱਕ ਸੋਹਣੀ ਪਹੁੰਚਦੀ ਹੈ ਆਵਾਜ਼ ਸ਼ਾਮੀ ਸਾਉਂਡ ਐਂਡ ਇਕੋ ਸਾਉਂਡ ਸਿਸਟਮ ਇਹਨਾਂ ਦੀ ਮੁਹੱਬਤ ਦਾ ਵੀ ਇੰਤਹਾਈ ਸ਼ੁਕਰੀਆ। ਔਰ ਵੀਡੀਓ ਜਲਦੀ ਕਰਕੇ ਭਾਈ ਤਾਰਕ ਸਾਹਿਬ ਲਾਈਵ ਜਾ ਰਹੇ ਹਨ पाकिस्तान आर्मी सजावल जट अलमरूफा भी जट क्या बात है उसके पीछे छोटा भी माशाल्लाह भावली को कहते आने वाले में तगड़ा जापी होगा जी भावली जट का छोटा भी सदाबाद जी। ਲਓ ਜੀ ਆਹ ਟੀਮ ਜਿਹੜੀ ਆ ਸਤਚੰਦ ਲਾਹੌਰੀਆਂ ਦੀ ਸੌਦਤ ਕੀਤਾ ਵੀ ਆ ਭਾਈ ਅਲੀ ਅਲਾ ਕੇ ਜ਼ਿੰਦਾਬਾਦ ਵੀਰੇ ਜਿਹੜੇ ਨੇ ਬਸ ਫੋਕਰ ਖਾਲਦ ਪੁੱਟਾ ਲਓ ਜੀ ਵੀਰੋ ਇੱਕ ਹੋਰ ਚੈਨਲ ਆ ਕਬੱਡੀ 13 ਫੈਨ ਡਾਟ ਕਾਮ ਉਹ ਵੀ ਅਪਣਾ ਹੈ ਜੀ ਸਾਡਾ ਵੀਰਾ ਜੀ ठीक हो अल्लाह।
ਭਾਜੀ ਲੱਗਦਾ ਹੈ ਤੁਸੀਂ ਵਿਸਲ ਦੇ ਸਰ ਅੰਜਾਮ ਦੇਵੋਗੇ ਫਰਾਈਜ਼? ਜੀ ਜਨਾਬ ਬਿਲਕੁਲ, ਮੈਂ ਭਾਈ ਨਾਸਰ ਦੇ ਕਹਿਣ 'ਤੇ ਵਿਸਲ ਆਪਣਾ ਕਰਵਾ ਰਿਹਾ ਜੀ, 13-11 ਐਲ ਦੇ ਮੈਚ ਜੀ। ਮੇਰਾ ਨਾਮ ਜ਼ਮਾਨ ਅਲੀ ਹੈ ਜੀ, ਚੱਕ ਨੰਬਰ 35-12। ਭਾਜੀ ਤੁਹਾਨੂੰ ਸਾਰੇ ਮਾਸ਼ਾਅੱਲਾ ਦੁਨੀਆ ਜਾਣਦੀ ਹੈ, ਅਤੇ ਤੁਹਾਨੂੰ ਕੀ ਲੱਗਦਾ ਕਿੱਦਾਂ ਦਾ ਮੈਚ ਹੋਏਗਾ? ਇਹ ਬਹੁਤ ਤਕੜਾ ਮੈਚ ਹੈ ਜੀ, ਮਾਸ਼ਾਅੱਲਾ ਵੀਰੇ ਨਾਸਰ ਵੀਰੇ ਸ਼ਾਨ ਦੇ ਪਿੰਡ ਹੋ ਰਿਹਾ ਅੱਜ ਦਾ ਵੀਰੇ, ਬੜਾ ਯਾਦਗਾਰ ਮੈਚ ਹੋਏਗਾ ਔਰ ਪੂਰਾ ਇੰਜੋਏ ਕਰੇਗੀ ਦੁਨੀਆ। ਬੜੀ ਮਿਹਰਬਾਨੀ ਭਾਜੀ। ਅਸਲਾਮ ਵਾਲੇਕੁਮ ਸਰ ਜੀ, ਭਾਜੀ ਕੀ ਹਾਲ ਹੈ ਤੁਹਾਡਾ? ਤਬੀਅਤ ਸਿਹਤ ਦੀ ਸੁਣਾਓ ਭਾਜੀ, ਤੁਸੀਂ ਵੀ ਵਿਸਲ ਦੇ ਸਰ ਅੰਜਾਮ ਦੇਣ ਲੱਗੇ ਜੇ ਫਰਾਈਜ਼, ਕੈਸਾ ਲੱਗਦਾ ਮੈਚ, ਕੈਸਾ ਹੋਏਗਾ? ਚਲੋ ਇਨਸ਼ਾਅੱਲਾ ਦੇਖਣ ਨੂੰ ਮਿਲੇਗਾ। ਬੜੀ ਮਿਹਰਬਾਨੀ ਭਾਜੀ। ਪਾਕਿਸਤਾਨ ਆਰਮੀ ਸਾਕਬ ਹੀਰਾ ਰਹਿਣ ਲੱਗਾ, ਪਹਿਲੇ ਵੀ ਅਰਬਾ ਸੀਗਾ, ਇਨਸ਼ਾਅੱਲਾ ਪਾਕਿਸਤਾਨ ਆਰਮੀ 13-11 ਸਾਫਾ ਜੱਟ ਔਰ ਬਲਾਲ ਜੋੜਾ ਬਾਲੀ ਜੱਟ ਹੁਣ ਲੈ ਪੂਰੀ ਰੌਣਕ ਬਣ ਜਾਂਦੀ ਭਾਜੀ। ਸਲਾਮ ਵਾਲੇਕੁਮ ਭਾਅ ਜੀ, ਕੀ ਹਾਲ ਆ? ਤਬੀਅਤ ਸਿਹਤ ਦੀ ਸੁਣਾਓ। ਤੁਹਾਡੇ ਪਿੰਡ ਮੈਚ ਹੋਣ ਜਾ ਰਿਹਾ, ਕਿੱਦਾਂ ਲੱਗ ਰਿਹਾ? ਅਤੇ ਕੈਸਾ ਰਹੇਗਾ ਮੈਚ? ਤੁਸੀਂ ਆਪਣੇ ਵੱਲੋਂ ਪੂਰੀ ਜਿੰਦ ਮਾਰੋਗੇ ਇਨਸ਼ਾਅੱਲਾ, ਇਹਦਾ ਮਤਲਬ ਮੈਚ ਜਿਹੜਾ ਉਹ ਦੇਖਣ ਮਜ਼ਾ ਆਏਗਾ ਦੇਖਣ। ਬੜੀ ਮਿਹਰਬਾਨੀ। ਸਲਾਮ ਵਾਲੇਕੁਮ ਭਾਅ ਜੀ, ਉਮਰ ਕੀ ਹਾਲ ਆ? ਤਬੀਅਤ ਸਿਹਤ ਦੀ ਸੁਣਾਓ ਭਾਅ ਜੀ, ਬੜਾ ਤਕੜਾ ਮੈਚ ਲੱਗਦਾ, ਕੀ ਲੱਗਦਾ ਕੀ ਕਰੋਗੇ ਅੱਜ ਤੁਸੀਂ? ਸ਼ਹੀਦ ਪਾਕਿਸਤਾਨ ਰਾਣਾ ਅਲੀ ਸ਼ਾਹ ਪਾਕਿਸਤਾਨ ਵਾਪਦਾ ਕਿ ਗਰਾਊਂਡ ਜਾਵੇ ਜੀ। ਔਰ ਵੀਰੋ ਇਹ ਮੈਚ ਅੱਜ ਦਾ ਹੈਪੀ ਪੰਜਾਬ ਕਬੱਡੀ ਕਲੱਬ ਸਾਹੀਵਾਲ ਭਾਈ ਮੁਹੰਮਦ ਹੁਸੈਨ ਔਰ ਰਾਣਾ ਮੁਹੰਮਦ ਮਕੀਤ ਮਕੀਤ ਕ੍ਰੀਏਸ਼ਨ ਕਬੱਡੀ ਕਲੱਬ 48-12 ਐਲਚੀ ਚਵਤਨੀ ਔਰ 13-65.com ਕਬੱਡੀ ਕਲੱਬ। ਭਾਈ ਅਲੀ ਸ਼ਾਹ ਆ ਜਾਓ ਗਰਾਊਂਡ 'ਚ, ਆ ਜਾਓ ਭਾਈ ਅਲੀ ਸ਼ਾਹ ਨਾ ਗਰਾਊਂਡ 'ਚ ਆ ਜਾਓ। ਰਾਣਾ ਮੁਹੰਮਦ ਇਰਫਾਨ ਸਾਹਿਬ ਜ਼ਿੰਦਾਬਾਦ ਜੀ, ਕੋਚ ਕਬੱਡੀ ਕਲੱਬ ਸ਼ਹੀਦ ਕਬੱਡੀ ਕਲੱਬ 13 ਪ੍ਰਮੋਟਰ ਕਬੱਡੀ ਦਾ ਪ੍ਰੇਮੀ ਬਾਬਾ ਮੁਹੰਮਦ ਵਿਕਾਸ ਜੱਟ 58-12 ਜੀ ਗਰਾਊਂਡਾਂ ਮੱਥੇ ਸਟੇਜਾਂ ਮੱਥੇ ਆਪਣੇ ਮਹਿਮਾਨਾਂ ਦਾ ਇੰਤਹਾਈ ਸ਼ੁਕਰੀਆ ਜੀ। ਚਲੋ ਜੀ ਵਿਸਲ ਮਹਾਰਾਜ ਜੀ, ਲਓ ਜੀ ਇੱਕ ਦਫ਼ਾ ਜਿੰਨੇ ਵੀ ਬੈਠੇ ਆ ਖੜੇ ਆ, ਇੱਕ ਦਫ਼ਾ ਕਬੱਡੀ ਵਾਸਤੇ ਤਾੜੀ ਹੋਣੀ ਚਾਹੀਦੀ ਆ ਯਾਰ। ਇਹ ਸੁਪਰ ਸਟਾਰ ਦਾ ਪਿੰਡ ਆ, ਕਬੱਡੀ ਦੇ ਪ੍ਰੇਮੀਆਂ ਦਾ ਪਿੰਡ ਆ, ਤਾੜੀ ਦੀ ਚੱਸ ਨਹੀਂ ਆਈ, ਇੱਕ ਦਫ਼ਾ ਫਿਰ ਮਾਰੋ ਖਜਰਾ, ਪਤਾ ਲੱਗ ਗਿਆ ਸ਼ਹੀਦ ਪਾਕਿਸਤਾਨ ਆ ਗਿਆ ਗਰਾਊਂਡ 'ਚ। ਤੁਸੀਂ ਅਲੀ ਸ਼ਾਹ ਨਾਲ ਮੁਹੱਬਤ ਰੱਖਦੇ ਆ, ਇਹਨਾਂ ਜ਼ਿਆਦਾ ਤੁਸੀਂ ਕਬੱਡੀ ਨਾਲ ਰੱਖਦੇ ਆ। ਪਹਿਲੀ ਕਬੱਡੀ ਦਿੱਤੇ ਅਸਾਮਾ ਜੱਟ ਮੁੰਡਾ ਰੰਜਾ 12 ਦਾ ਜੀ, ਚੱਲ ਮੁਹੰਮਦ ਅਸਾਮਾ ਜੱਟ ਕਹਿੰਦਾ ਜੀ, ਰਵਾਜ ਬਾਜੇ ਦਾ ਸ਼ਗਿਰਦਾ ਮੁੰਡਾ 75 ਲੋਕੀ ਵਾਲੇ ਦਾ। ਆਏ ਹਾਏ ਆਏ ਕਿਆ ਬਾਤ ਆ, ਅੱਗੇ ਲੱਗ ਗਿਆ ਭਾਵਲੀ ਜੱਟ, ਦੋਨੇ ਜੱਟਾਂ ਦੇ ਪੁੱਤ ਕਹਿੰਦੇ ਭਾਵਲੀ ਜੱਟ ਸੀ ਜਿਹਦਾ ਸਭ ਤੋਂ ਤਕੜਾ ਜਾਪੀ ਆ, ਬਹੁਤ ਸੋਹਣੀ ਪਕੜ ਮਜ਼ਬੂਤ ਕੀਤੀ ਭਾਵਲੀ ਜੱਟ ਨੇ ਔਰ 1 ਪੁਆਇੰਟ ਪਿੰਡਰ ਕਬੱਡੀ ਕਲੱਬ ਦਾ 7-11। ਚੱਲ ਵੀ ਅਗਲੀ ਰੇਟ ਪਾਏਗਾ ਕਹਿੰਦੇ ਜੀ ਖਾਲਿਦ ਪੁੱਟਾ, ਖਾਲਿਦ ਪੁੱਟਾ ਰੇਟ ਪਾਏਗਾ ਨੌਜਵਾਨ ਜੀ, ਖਾਲਿਦ ਪੁੱਟਾ। ਅੱਗੇ 4 ਜਾਫੀ, ਆ ਦੇਖੋ ਜੀ 2 ਨੰਬਰ ਤੋਂ ਬਲਾਲ ਚੌੜਾ ਵੱਧ ਕੇ ਕਹਿੰਦੇ ਜੀ, ਟੁੱਟ ਕੇ ਲੱਗ ਕੇ ਦਲੇਰੀ ਕੀਤੀ, ਕਹਿੰਦਾ ਖਾਲਿਦ ਪੁੱਟੇ ਨੂੰ ਡੱਕਣਾ ਭਰ ਵਈ ਨਾ। ਖਾਲਿਦ ਪੁੱਟਾ ਕਹਿੰਦਾ ਮੈਂ ਵੀ ਕਹਿੰਦੇ ਇਰਾਨ ਦਾ ਟੂਰ ਕੀਤਾ ਵਾ, ਮੈਂ ਵੀ ਸੁਪਰ ਸਟਾਰ ਆ। ਚੱਲ ਵੀ ਦੇ ਦਿੰਦੇ ਬਾਲੀ ਚੱਟ ਲਾਲੇ ਅਕਬਰ ਦਾ ਪੁੱਤ, 13-11 ਸ਼ਹੀਦ ਪਾਕਿਸਤਾਨ ਦਾ ਸ਼ਗਿਰਦ ਆਪਣੇ ਉਸਤਾਦ ਦੇ ਨਾਲ ਕਹਿੰਦੇ ਬਹੁਤ ਮਹੱਤਵ। ਆਹ ਦੇਖੋ ਜੀ ਨਾ ਵਈ ਨਾ ਨਾ ਉਮਰ ਸਿੱਧੂ ਇੱਧਰ ਵਿਸਲ ਸੁਣ ਲਾ ਪੁੱਤਰਾ। ਪਾਕਿਸਤਾਨ ਆਰਮੀ ਮੋਹਸਨ ਡੋਗਰ ਜੀ, ਲੁਛ ਲੁਛਕਾਤੀ ਨੌਜਵਾਨ ਦੀ ਜਵਾਨੀ ਇੱਕ ਅੰਨੀ ਦੇ ਬਖਸ਼ ਲਈ ਆਏ ਛੋਟਾ ਚੌੜਾ ਬਲਾਲ ਚੌੜਾ। ਔਰ ਦੇਖੋ ਜੀ 2 ਨੰਬਰ ਤੋਂ ਬਲਾਲ ਜੋੜੇ ਨੇ ਬਗਲ ਭਰ ਕੇ ਧੱਕਾ ਤੇ ਪੁਆਇੰਟ ਹੋ ਗਿਆ ਜੀ 13-11 ਐਲ ਦਾ। ਚੱਲ ਵੀ ਅੱਗੇ ਪਏਗਾ ਸ਼ਰੂਰ ਪੱਟੀ, ਹਾਏ ਹਾਏ ਬਾਬਲੀ ਜੱਟ, ਕੋਈ ਨੀ ਪੁੱਤਰਾ ਕਦੀ ਕਦੀ ਏਦਾਂ ਵੀ ਹੋ ਜਾਂਦਾ ਵਾ, ਬਗਾਨੇ ਧੋਖਾ ਦੇ ਜਾਂਦੇ ਆ। ਚੱਲ ਵੀ ਸਾਕਬ ਹੀਰਾ 168 ਪਵਾਰ ਜੀ ਕਹਿੰਦੇ ਜੀ ਮੁੰਡਾ ਖਾਲਿਦ ਮਹਿਰ ਦਾ ਸ਼ਗਿਰਦ ਆ, 72 ਗੱਡੀਆਂ ਵਾਲੇ ਦਾ ਸਤਿਆਣਾ ਰੋਡ ਫੈਸਲਾਬਾਦ, ਜਿਹੜਾ ਅੱਜ ਕੱਲ੍ਹ ਕਨੇਡਾ ਬੈਠਾ, ਕਹਿੰਦੇ ਜੀ ਬਹੁਤ ਲੱਗ ਗਿਆ ਬਖਸ਼ੂ ਲੱਗ ਗਿਆ ਆਰਮੀ ਵਾਲਾ ਹੀਰਾ ਬਖਸ਼ੂ, ਕਿਆ ਬਾਤ ਆ, ਐਵੇਂ ਨੀ ਲੋਕ ਕਹਿੰਦੇ ਬਖਸ਼ੂ ਇਹਨੇ ਲੈ
ने कहा बख्शू का माड़ा जहा हथ ला पर बख्शू कहता तू मेरिया लगड़िया नहीं देखिया क्या बात है बख्शू तेरी मुस्कुराहट तेरी अदावा जिंदाबाद बख्शू वासे ताड़ी मारो जी आए हाय जियो बख्शू और साढ़े मेहमान अली हमाद कौसी गुज्जर बाबा वकास जाट तकीदा जाट पुरम चजा जाट और फान उसी अदनाम से पूरी पूरी चास पूरा पूरा सवार लेंदे हो जी चार भी असामा जाट जी बिल्कुल नौजवान अनजा बारा दी धरती दा बाबर शेर अगे चार जाती के ओवर सिद्धू खड़ावा बहुत जरीला जाती है बड़ा अखी जाती है नौजवान जी ओवर सिद्धू आ लागे राणा तलहा पगल भरी नौजवान ने नाल ही मार दी कैची देखो जी कि देखना पड़ेगा पॉइंट केदे खाते जुड़ना बिल्कुल सियाल नौजवान खाजर टुटा के मेरा फखर के नाज कमाल कौडी मेरे देश का कमाल कौडी हां जी न्याणे कहते जी बख्शू नू अतीक पावा कहना वा आला क्या पला आप पले का छोटा वीर अली जोड़े का छोटा वीर शहीद और पाकिस्तान वाले अली शानदार शगिर्द एक पास आए हाय हाय क्या बात है जिंदाबाद जी पूरा पूरा जस लेते हैं राणा अली शान सादा सोना वीर राणा रफान और राणा जफरुल्ला साहब अली हमार गौसी गुज्जर बाबा वकास जाट पूरा पूरा सवाल लेते हैं ग्राउंड के शाहजेब गुज्जर जी डबल टच की मांग वेरी गुड उस्ताद जी क्या बात सॉरी 13-11 जी शाहजेब गुज्जर दा चल भी एक दफा फिर नौजवान मोहसिन बोगरा मोहसिन बोगरा मोहसिन बोगरा रेडियो ते क्या मेरा फखर ते नाज कमाल कौडी मेरे देश दा हुसन जमाल कौडी कौडी जवाना दा शौक सोना शाहजोरी दी उच्ची मसाल कौडी पलाल ते मोहसिन बोगरा हो गई गड्डी बारो बार जी चल भी पॉइंट होगा जी चलो बाली जाटे लाले अकबर का कहते लाला पोता तो शहीद और पाकिस्तान का भी कहते लाला शहीद का तो कहते आई टी भी लाला जट है दी लो जी दो जटा ने पुत आए हो क्या बात है ये ताड़ी बाजी वाली बात है ये ना को पेट का मुंडा लेकर मुंडे की गेंद थी ताजी परली साहब लाला अकबर लाला चादर चल भी स्वागत हीरा पेट होने ने 168 नौल अदा गादिया बाल अगे लगा अतीक पावा जी अतीक पावा ते एक पासे कसाई ते एक पासे आए हाय हाय जी अतीक पावा ले आ गया कसाई दा पुत जिंदाबाद क्या बात है जी और साहब क्या बात है कोई गल अतीक पावा अगली बारी सही चल भी सरोज कमरन पट्टी भाई इरफान साहब भाई इरफान साहब ताड़ी बराती का मुंडा वा सरोज कमर पट्टी लिख और फलाज भी दसा लोकर कर दी जी सरोज कमर पट्टी ने बाली जट आए बाली जट वेला कहते जी मुक गया वाह 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 तकड़ा जफा एक दफा ताड़ी होनी चाहिए सर जफे कभी कभी लग रही यार वेरी गुड बहुत अच्छा भाई भाई नासर अंदर पैर रखने लगा सी घर के भर के ता नहीं भी आ जा पुत्रा चल वी खालन पुट्टा कहंदा जी भाई तारक भंडे नाल बहुत सारियां मुहब्बतां इधर लग गए अली चौड़ा हाय 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 जी बगल भर ली कैची बारी है पकड़ मजबूत है भाई अली शान आए हाय बड़ी लगन के नाल मैच देख लिया ताड़ी होनी चाहिए अली जोड़े ले यार क्या बात हेलो यार मड़ा कमाई वेट करी पण जी भाई अली हमाद गोसी गुजर चा सा रही है मजा आ रहा जी गुजर ने कहने कबड्डी को लखा दे लखा तो लखा दे ला गए हूँ कहने करोड़ों की सराब में झुर पै राणा तलहा ला गया एक पासे गुजर एक पासे राणा दोने खतरनाक रमा पर राणा तलहा नींदा मैं बड़ा तजर्बा कर राणा वा तू चढ़ती उम्र का गुजर आ मैं पॉइंट बनाने तले भी हेक के उ जोड़िया जी जी शाजे गुजर चल भी मोशन डोगरा
ਮੋਸਨ ਡੋਗਰ ਕਰਤਾ ਚੱਲਣ ਵਰ ਤਖਤਾ ਪਲਟ ਕੇ ਸ਼ਾਹ ਬਣ ਗਏ ਇਹ ਜੇ ਅੱਖ ਦੀ ਰਾਈ ਵਿੱਚ ਆਏ ਹੋ ਰਫਤਾ ਰਫਤਾ ਸਾਹ ਬਣ ਗਏ ਉਹ ਆਪਣ ਪੱਥਰ ਬਰੇਂਦੇ ਨੇ ਇੱਥੇ ਪੱਥਰ ਆਬਾਦਲ ਗਾ ਬਣ ਗਏ ਸਾਡੇ ਸੱਚ ਮੁੱਚ ਦੇ ਸਹੀਦਿਆਂ ਤੋਂ ਆਏ ਹਾਏ ਸਾਡੇ ਪਾਗਲ ਪਾਉਂਦੇ ਸਹੀਦਿਆਂ ਤੋਂ ਸੱਚ ਮੁੱਚ ਦੇ ਲੋਕ ਖੁਦਾ ਬਣ ਗਏ ਸਾਡੇ ਪਾਗਲ ਪਾਉਂਦੇ ਸਹੀਦਿਆਂ ਤੋਂ ਸੱਚ ਮੁੱਚ ਦੇ ਲੋਕ ਖੁਦਾ ਬਣ ਗਏ ਕਹਿੰਦੇ ਜੀ ਅਲੀ ਅਲੀ ਜੱਟ ਭਾਵਲੀ ਜੱਟ ਦਾ ਛੋਟਾ ਵੀਰ ਆ पाकिस्तान आर्मी मोहम्मद अदनान साकब हीरा ना साकब भी कहते मेहनत बोलती है तैयारी बोलती है चाली भावली जट हल्के हल्के कदम बाली जट लाले अकबर का सोना हीरा शहीद पाकिस्तान राणे अली शाह का शिंदा शिगिर आए हाए इधर ना वही भाई नासर बाली परली साइड दे बाली तरा भी पुत्रा आ जा आ जा तेरा नाम बनता वा ਭਾਈ ਇਰਫਾਨ ਦੇ ਕੋਲੋਂ ਨਾਮ ਲੈ ਪ੍ਰਾਣ ਕੇ ਚੱਲ ਵੀ ਖਾਲਰ ਪੁੱਟਾ ਇੱਧਰ ਆਏ ਜੀ ਉਹ ਦੀਪ ਦਾ ਆ ਮੁੰਡੇ ਨੇ ਕੰਮ ਕੀਤਾ ਦੀਪ ਪਾਵੇ ਵਾਲਾ ਜੀ ਇਹ ਦੀਪ ਪਾਵੇ ਵਾਲਾ ਕੰਮ ਕੀਤਾ ਵਾ ਜੀ ਉਹ ਬਖਸ਼ਿਆ ਆਲ ਗਰੂਪ ਦੀਪ ਪਾਵਾ ਦੀਪ ਪਾਵੇ ਨੇ ਯਾਰ ਇੱਥੇ ਹੀ ਦੀਪ ਪਾਵਾ ਕਹਿੰਦੇ ਕਿੱਦਾਂ ਚੱਕਦਾ ਨਾ ਜੀ ਅਲੀ ਹਮਾਰ ਕੋ ਆ ਜਾ ਵੀ ਬਖਸ਼ਿਆ ਇੱਧਰ ਆ ਵੀ ਬਖਸ਼ਿਆ ਆ ਜਾ ਤੇਰਾ ਵੀ ਕੌਣ ਖੁੱਲ ਗਿਆ ਆ ਜਾ ਸ਼ਾਬਾਸ਼ ਲੈ ਲਾ ਜਿਹੜਾ ਲੱਭਦਾ ਵਾ करोना पता नहीं टाइम आ जाए इधर आ इधर भी आ पता नहीं कि टाइम करोना आया कबड्डी के पाबंदी यही पैसे जो फलन उ चुके होंगे न्याणे नहीं तेन एवं तीक पावा कहते तेरिया महत्तावान तेरी मेहनत आ भाई अली शानी माशाल्लाह गूढ़ी मोहब्बत रखता इधर लग गया जी ओए होए जी ओए ਕਹਿੰਦਾ ਭਾਈ ਕਹਿੰਦਾ ਮੁੰਡਾ ਕਿੱਡਾ ਸੋਹਣਾ ਹੈ ਇਹ ਮੁੰਡਾ ਸੋਹਣਾ ਤੇ ਮੁੰਡੇ ਨੇ ਜੱਫਾ ਵੀ ਸੋਹਣਾ ਲਾਇਆ ਪਰ ਬਹੁਤ ਸੋਹਣਾ ਡੋਗਰ ਅੱਗੇ ਵੀ ਡੋਗਰਾਂ ਦਾ ਪੋਤਾ ਚੱਲ ਵੀ ਅਸਾਮਾ ਜੱਟ ਨਵਾਜ਼ ਬਾਜੇ ਦਾ ਸ਼ਗਿਰਦਾ ਨੌਜਵਾਨ 75 ਲੋਕੇ ਪੇਡਾ ਖਾਲ ਬਕੀ 55 12 ਜੀ ਆਏ ਹਾਏ ਕੀ ਬਾਤ ਹੈ ਸਿੱਧਾ ਮੈਂ ਹਾਂਜੀ ਐਕਟਿੰਗ ਨਹੀਂ ਲੈ ਭਾਈ ਅਲੀ ਸ਼ਾਹ ਨੇ ਮੁੰਡਾ ਆਪਣੇ ਪਿੰਡ ਆ ਗਿਆ ਜੀ ਹੁਣ ਇਹ ਬਾਬੇ ਵਿਕਾਸ ਦਾ ਭਾਰ ਜਦ ਕਦਰ ਵੀ ਲੱਗਦਾ ਜੀ ਤੇ ਇੱਥੇ ਆ ਗਿਆ ਆਏ ਹਾਏ ਇੱਧਰ ਲੱਗ ਗਿਆ ਬਲਾਕ ਜੋੜਾ ਤੇ ਲਾ ਜੀ ਕਮਾਲ ਦਾ ਹੀ ਕਰ ਗਿਆ ਸਾਕ ਫੀਰੇ ਵਾਸਤੇ ਤਾੜੀ ਹੋਣੀ ਚਾਹੀਦੀ ਆ ਬਲਾਲ ਕੋਈ ਗੱਲ ਨਹੀਂ ਚੱਲ ਵੀ ਬਾਲੀ ਜੱਟ ਇੱਕ ਵਾਰ ਫੇਰ ਰੇਡ ਦੇ ਉੱਤੇ देखो जी कड़ा नौजवान दीदार लगता बाली जट आ देखो उमर सिद्धू जी उमर क्या बात है गुट फर के नाल ही उन्नी चंदीली कैची मारी है दोने जटा ने पोता लेकिन कोई किसी किस्म का मौका नहीं दे रहा उमर सिद्धू बाली जट को ताड़ी होनी चाहिए ताड़ी होनी चाहिए उमर वास्ते क्या बात है ये उमर सिद्धू जरा ना उमर इधर आ पुत्रा आ जा पुत्रा आ जा तेरे बैलेंस जो के पैसे आ गए ਪਹਿਲਾਂ ਸੀ ਕਰਾਉਣਾ ਕੇਲੇ ਦੇ ਘੱਟ ਹੀ ਖਾਂਦੇ ਜੀ ਇਹ ਲੈ ਜੀ ਆਓ ਬਖਸ਼ੂ ਆਏ ਹਾਏ ਹਾਏ ਕਿਆ ਬਾਤ ਹੈ ਯਾਰ ਆਏ ਹਾਏ ਕਮਾਲ ਕਰ ਗਿਆ ਯਾਰ ਆ ਕਹਿੰਦੇ ਦੀਕ ਪਾਵਾ ਐ ਵੀ ਨਹੀਂ ਬੋਲ ਪਿਆਰੇ ਦੀਕ ਪਾਵਾ ਕਹਿੰਦੇ ਆ ਆ ਜਾ ਵੀ ਬਖਸ਼ੂ ਆ ਜਾ ਯਾਰ ਬਖਸ਼ੂ ਤੂੰ ਕਿੱਥੇ ਰਿਹਾ ਵਾ ਲੱਗਦਾ ਇਮਰਾਨ ਖਾਨ ਨੇ ਤੈਨੂੰ ਕਰੋਨਾ ਤੋਂ ਬਾਅਦ ਛੱਡਿਆ ਜੀ चल भी सरोज पट्टी डबल टच भाई नासर पट्टी साहब साढ़े अज के मेहमान अली हमाद गौर सिंह गुज्जर बाबा मोहम्मद विकास जट मोहम्मद रफात अपने कबड्डी प्रमोटर होने का सबूत देते हुए अपने वीरे अली हमाद गौर सिंह गुज्जर गूढ़िया महत्ता उन्होंने मान उच्चा करते हुए भाई नासर पट्टी साहब का राणा जफरुल्ला साहब का और शहीद पाकिस्तान ने अली शाह का मान उच्चा करते स्टेज उत्ते मौजूद जट सुरभ जट
राणा मनीर दवाबिया जी 147 नौजवान शिगिरदा आए हाय ना भाई अतीक पावे नूं टच करने की कोशिश की थी पर बलाल जोड़ा ਬਹੁਤ ਸੁਣਦਾ ਕਰਦਾ ਪਹਿਲਾਂ ਨਹੀਂ ਯਾਰ ਭਾਈ ਅਜਾ ਤੂੰ ਸਾਡਾ ਬਜ਼ੁਰਗ ਆਇਆ ਲਾਲਾ ਅਕਬਰ ਆਇਆ ਪਤਾ ਤੇਰੇ ਕੋਲ ਬਹਿ ਕੇ ਮੈਚ ਨਹੀਂ ਦੇਖਦਾ ਕੀ ਸ਼ੋਰ ਵੱਡੀ ਦੇ ਭਾਵ ਲਈ ਜੱਟ ਕਹਿੰਦੇ ਸੀਜ਼ਨ ਮੁੰਡੇ ਨੇ ਬਹੁਤ ਤਕੜਾ ਖੇਡਿਆ ਵਾ ਮੁੰਡੇ ਦੀ ਚੜ
ਮਹਿਮਾਨ ਅਲੀ ਅਮਾਦ ਗੌਸੀ ਗੁੰਜਰ ਕੇ ਕੋਲੋਂ ਉੱਠ ਕੇ ਜਾਣ ਕੇ ਲੱਗੇ ਇੱਕ ਹੀ ਸਿਰਫ ਕਮਾਉਣ ਦੇ ਲੱਗੇ ਹੁਸਨ ਤੁਹਾਡੇ ਦਾ ਸਦਕਾ ਦਈਏ ਸਾਡੇ ਹੱਥ ਜਹਾਨ ਨੇ ਵੱਡੇ ਤੇ ਆਪਣਾ ਮਹਿਲ ਤਮੀਰ ਕਰਨ ਲਏ ਗੁੰਜਰ ਸਾਹਿਬ ਸਾਡੀ ਕੁੱਲੀ ਢੌਣ ਦੇ ਲੱਗੇ ਸਾਡੀ ਕੁੱਲੀ ਢੌਣ ਦੇ ਲੱਗੇ ਜੀ ਬਾਬਾ ਵਕਾਸ ਜੱਟ ਤਕੀਰ ਆਜ਼ਮ ਜੱਟ ਸਿਰਫ ਸ਼ਜ਼ਾ ਜੱਟ ਅਲੀ ਅਮਾਦ ਗੌਸੀ ਗੁੰਜਰ ਸੋਹਣਾ ਪੁੱਤ ਗੁਜਰਾਂ ਦਾ ਔਰ ਨਾਲ ਅਰਸਾਨ ਵਸੀ ਅਸਨਾਨ ਸੀ ਇੱਕ ਵਾਰ ਤਾੜੀ ਮਾਰਦਾ ਯਾਰ ਹੋਲੀ 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 ਹੋਲ
ਜਿਹੜਾ ਗੱਡੀ ਦਾ ਇਹਦੀ ਛਾਵੇਂ ਬਹਿ ਜਾਈਏ ਭਲਿਆ ਉਹ ਨਹੀਂ ਉਹ ਵੱਡੀ ਦਾ ਇਹਦੀ ਛਾਵੇਂ ਬਹਿ ਜਾਈਏ ਭਲਿਆ ਉਹ ਨਹੀਂ ਉਹ ਵੱਡੀ ਦਾ ਦੇਖੋ ਜੀ ਕਿਹੜਾ ਭਾਈ ਨੇ ਲੋ ਸਟਾਰਟ ਬਲਾਲ ਚੌੜਾ ਵੱਧ ਕੇ ਦਲੇਰੀ ਕੀਤੀ ਆ ਤੇ ਖਾਲਰ ਪੁੱਟਾ ਵੀ ਕਹਿੰਦੇ ਪੂਰੀ ਤਿਆਰੀ ਚ ਲੇਕਰ ਆ ਜਿਹੜਾ ਆਏ ਹਾਏ ਬਲਾਲ ਕਦੀ ਇੱਦਾਂ ਹੋਈ ਨਹੀਂ ਪਰ ਖਾਲਰ ਪੁੱਟੇ ਨੇ ਕਮਾਲ ਕਰ ਦਿੱਤਾ ਪੁਆਇੰਟ ਹੋਗਾ ਜੀ 7-11 ਪਿੰਡ ਕਬੱਡੀ ਕਲੱਬ ਦਾ ਚੱਲ ਵੀ ਬਾਲੀ ਜੱਟ ਗਿਆ ਰੇਡ ਦੇ ਉੱਤੇ ਬਾਲੀ ਜੱਟ कि अपने देश का मान बधाइए कौटी में चोर उखाइए गुर लिया कर सीखिए पहले फिर पहाड़ा के नाल मत्था लाइए ये नौजवान बिल्कुल पहाड़ा ना मत्था लाने वाली गल आ अगर लगा राणा तलहा लो जी एक पासे जट्टा रप और देखो जी जट ने राणे नु चक लिया देखना पड़ेगा जी आए हाए पॉइंट का जट ने पुतला लाले एक बंदे पुतला लाला ताड़ी मार दे यार आजा बाली स्टेज ते आजा बाली आ भी पुतला स्टेज ते आ आजा आजा अगली रेड वैसे परे तुरे जाना सा कबीरा 168 नाल नौजवान गेटा जे कान खोल के रिपीट करो ना और नौजवान की मेहनत का ग्राउंड जी बोलती है हमेशा ही हर मैच के हर ग्राउंड चंगी कारगरी दिखाता है साकब हीरा जिंदाबाद जी साकब हीरा 168 मोयल जी चल भी शाहजेब गुज्जा ਇਹ ਲਿਸ਼ਕ ਸਵੈਰੀ ਸੋੜੀ ਦੀ ਆਏ ਹਾਏ ਇਹ ਲਿਸ਼ਕ ਸਵੈਰੇ ਸੋੜੀ ਦੀ ਇਹਨੇ ਰੀਦਾ ਜ਼ੋਰ ਕਿਆ ਬੱਬਰ ਸ਼ੇਰ ਦੀ ਗੱਜ ਕਾਜੀ ਤੇ ਜੀ ਟੋਰ ਇਹ ਨਿੰਮਾ ਨਿੰਮਾ ਹਸਤਾ ਜਿਵੇਂ ਅੰਦਰੋਂ ਵਸੇ ਦੀ ਪੈਰਾਂ ਨੂੰ ਗੱਡ ਖਲੋਤਾ ਜਿਵੇਂ ਸ਼ੀਸ਼ ਮਹਲ ਦੀ ਨੀ ਇਹ ਨੀਵੀ ਨੀ ਪਾ ਕੇ ਕੋ ਟੁੱਟਦਾ ਪਰ ਲੰਮੇ ਲੰਮੇ ਡੱਗ ਆਏ ਹਾਏ ਮੋਸਨ ਡੋਗਰ ਗਿਆ ਜੀ ਮੋਸਨ ਡੋਗਰ ਗਿਆ ਜੀ ਰੇਡ ਦੇ ਉੱਤੇ मैच कहने हले 7-11 के पॉइंट उपर आ लेकिन मैच सोहना चलता हुआ वा और देखो दो नंबर तो बलाल चौड़ा एक होर पॉइंट हासिल किया ने पाकिस्तान आर्मी चल भी वट्टू कुंजा गुलाम शबीर वट्टू कुंजर 28-11 नेशन स्टाए 43 बलोच पाकिस्तान की नौजवान यूनिट और 43 बलोच इंच नसार जट अपरार जट इमरान मुंशी शानी जट 47 वाले आए हाए अनवार जट 47 वाले इधर लग गया कहते जी बावली जट क्या बात है बावली यार हमेशा की तरह चंगा जथा नौजवाना नौजवान की मेहनत बोलती है एक दफा ताड़ी होनी चाहिए बावली वास्ते यार की हो बावली क्या बात है की हो चल भी नौजवान 7-11 पिंड कबड्डी क्लब का उच्चा लामा का नौजवान का देखो अगे चार जाफी खड़े दो नंबर के नौजवान ने कुछ खिंचने सपैर जट चल भी बाली जट गया रेड देते जी बाली जट वाली जट अगे बावली जट वर्गा जरीला जाफी खड़ा वा उमर सिद्धू वर्गा अनखी जाफी खड़ा राणे तलहा वर्गा टेक्निकली आए हाए ना भी उमर सिद्धू तेरा छोटा वीर इधर देखना पड़ेगा हंध्या लागे बिल्कुल पॉइंट होगा जी वाली जट का पॉइंट हो गया वाली जट का चल भी खालिद पुट्टा मलका हास पाक पत्तर बली आवी इधरा बली आवी इधरा आजा आजा अपने अद्धे अद्धे होने आजा इधर कौन लग गया जी खालर पुटन लग गया कहने जी बलाल चौड़ा इतने हाजी साहब फिर पता कितने चल गए इधर बुला ला बाली जी शाहजेब गुज्जर ते बावली जट जी ओ गुज्जर ते भी तरस खाओ इन भी सदो कि नहीं यार आजा अली हिमाद बैठा ले सोची जान दिया वा आजा भाई आजा गुजरा तेरे पे भी आ गया तरस आजा आजा तेरा भी बैलेंस बन गया पुत्र नट गया इदा नहीं शर्मीला नहीं साकब हीरा ते इधर लग गया तीक पावा तीक नहीं बख्शू पावा तो है नुहर बख्शी पावा तेरा आ जी ये वो पावा जिड़ी वो केंद्र जिड़ी आज क्या गड़े लोग पावे नहीं तो नहीं रंगीले जिड़े चल भी अल्ला भी गुज्जर ते जट तगड़ा पेड़ा दोने पाकिस्तान आर्मी ने तगड़ा पेड़ गुट फड़ लिया आए हाय बल्ले बल्ले कराती कमाल कर गया यार लेना देना नसीबा दा पर पॉइंट के नहीं समा मुक गया पॉइंट हो गया जी गुलाम शबीर वड्डू गुज्जर दा कोई गल नहीं भावली पुत्तर भी गई सी
लाई भाई अली शान चस तो पूरी पूरी आ गई मैच भाई ना सर भंडी ने अज तो मैं कहना यकीन कर धूड़ा ही कर दी मैच वाली लो जी डोगर सारा लागू भी टक लो डोगर ने नहीं फड़ होने का डेगो ये तो चौवान जिले ने पुलिस को नहीं फड़ होंगे चल भी बाली जट का रेट देते जी एक दफा फिर बाली जट बस 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 ये कहने जी शकल पावा दोवा भी इको जी इधर इधर केड़ा कर गया लो जी अली बावली जट का छोटा वीर अली जट जोरी साजत जट का छोटा पुत अगर जत्था करता तो मुंडे वास्ते तारी भी नाम भी बन नाम बावली बाली ले रही पुत्रा तिरवा काम आ गया कोई गल नहीं मुंडे ने पकड़ मजबूत रखी आ बाली आ गया जा लेकिन मुंडे का तुम लगन देखो महारत देखो तुम बाली कोई गल छोटा सीगा लाले ने होर सिगर ला ली है मेहमान सारा पेन मेहमान मेहमान ही है भाई आ गया भाई ना सर तेरा मेहमान आ गया इधर यार जी आ बिलाल आ कहने जी इनू एवं बिलाल नु कोई पुछदा ही तो देखो कितना सोहना जत्था मार रहा ए बिलाल दा कहने जी फेवरेट दा वा फेवरेट जत्था भाई इरफान साहब वालों जी साडी भी हौसला अफजाई जी मेहरबानी जी इरफान साहब तुहाडियां हफ्तां ने तहाई शुक्रिया चल भी रेट देते गुलाम शबीर भट्टो गुज्जर गुलाम शबीर भट्टो गुज्जर रैवरी जड़ा लकड़दा ना किसे दा यार उन्हें नजर आउंदा चल भी पॉइंट जाफी दा अगली रेट किहड़ा पाएगा जी साकब हीरा फुल क्लियर साकब हीरा बिल्कुल नॉन स्टॉप रेटा पावा है नौजवान जी साकब हीरा 168 माइल जी साकब हीरा के पाकिस्तान दे असी जवान सोने सानू माण है बड़े जवानिया दे असी सिद्धी पंजाबी बलोची बठे असी पुत पंजाब दे पानिया दे असी नसल महबूब दे गाजिया दी दुध पीते ने मावा पठानिया दे इधर लग गया बख्शू पावा बख्शी पावा आए हाय साकब हीरे रा भाई तुसी मैनू क्या सी पावा कहना नू भाई जी इतने तुम सात साल ट्रा तक इसे तीन पावा सद्या वा लवि भाई तू द्वारा बख्शी भी आ जा जी पावा मुआन कहना चाली मोसर डगर एर लेते जी मैच भाई लड़के बना के इंशाल्लाह चंगा सुथरा मैच होएगा मजा भी आ रहा पूरा पूरा स्वाद भी आ रहा जस भी आ रही है आ देखो आए हाए मुंडा दो नंबर तो कमाल नहीं कर गया भाई नासर पट्टी बिल्कुल सैड लैंड दे लागे देखना पड़ेगा आए हाए जियो केंद्र जी समा मुक गया पॉइंट होगा जी 13-11 का शहीन कबड्डी क्लब का चल भी बाली जट जी बाली जट रेड देते के शकल दवा पावा दी इको जेही बच्चा बिली दा शेर नहीं हो सकता किधर रवे पावा 100 साल विच चिरा किधर कदी दलेर नहीं हो सकता ते मुनकर अली दा हले ते जावे विच जन्नत तौबा एडा हले नहीं हो सकता लो जी दोनों जट्टां ने मोता बावली जट ते बाली जट ते बावली ते बाली तांगा जड़ गया पॉइंट होगा जदी साजन जट दे पुत दा चल भी जुबैर पाकिस्तान आर्मी की पिंडर कबड्डी क्लब 7-11 जी मोहम्मद जुबैर पर अगे जी अगे जाफी कहना बड़ा तजर्बाकार लगा वा बड़ा स्याणा जाफी लगा वा जी तारी हरी जाए जी बुलाने वास्ते एक दफा यार भाई मेरे भाई अलीशान कहता साह ला ला ਸੋ ਲੈ ਭਾਈ ਅਲੀ ਸ਼ਾਹ 500 ਲੋ ਭਾਈ ਚਲੋ ਸਲੈਸ਼ਨ
लो जी इधर जट ने गुजर भी देखो इकट्ठा कर दिता जी बावली जट द बेस्ट शॉपी जी ओ बावली चल भी अगली देख पाएगा नौजवान एक बार फिर खालिद पुट्टा जी चार जाफी अली चौड़ा बलाल चौड़ा मोहम्मद बख्श पाकिस्तान आर्मी इधर लग गया अली चौड़ा अठाई वाला जी कहार चढ़ता शिखर का आए जीरो पॉइंट हो गया जी भारा मैं खालिद पुट्टे का पॉइंट हो गया भिंडर कबड्डी क्लब का इधर ही बड़ा फायदा मैच जितना जत्थे लाने पैने बिलाल मोहम्मद बख्श जत्थे लाने पैने अगर मैच जितना तो इस हवी हो जियो पॉइंट हो गए बाली जटला भाई बाली क्या बात आजा बाली आजा आजा इधर लै भाई इरफान को लै चल भी जबैर ते बलाल पॉइंट होगा जबैर जट आर्मी वाले का सत गया भिंडर कबड्डी क्लब का चल भी शाहजेब गुज्जर शाहजेब गुज्जर साढ़े स्टेज जी अली हमाद गौस सिंह गुज्जर साढ़े आज का चीफ गेस्ट तकीन आजम जट ऑफ सऊदी अरब बाबा वकास जट 5912 है खुरम शहजाद जट साकब हीरा गया जी पाकिस्तान वापदा साकब हीरा हाय हाय जी ओ अमर बख्श जी ओ अमर बख्श अमर बख्शे भाई तेरे पिंड न्याण ने मिलते इधरों माना आ जैकट पार दी कहने तीक बाबा कहना मैं भाई मोहम्मद बख्शी ठीक है ठीक है भाई तुम मैं कहा तीक बाबा सद्या कबड्डी कहने बराबर हो गई अमर पला कहना ताड़ी मार दो कबड्डी बराबर हो गई अगली बार कबड्डी बराबर हो गई है और ला गया मोहम्मद बख्श लाइ मोहम्मद बख्शा मोहम्मद बख्शा अगर हीरा जी फल लड़ी नठी जाती लाई इधर जोड़ जरा तकड़ा वा बंदे भारत को टच कर बैठा पर नहीं बई जी वह गुजरा लो जी बलान से हर जफे 500 रुपया लो जी पहला 500 का कटो जरा इधर भाई अफियर कट 500 कल ला कल भाई भी मेरे को हसनी आया पता नहीं लो जी इतने सारे धार वाले हो जिदा वकीलों का लोगों ने खाते नहीं लिखाया रावी वाले ने भाई अफियल कहना तुम खाता लिखा लो मेरे ये कहना भाई चक्की दाने पीने वाली खाता लिखा आप भाई अफजल 500 हो गया जी आ जा नहीं आ जाए एक दफा दो ना बाकी लिखी जावे आप आ जाओ आ जाओ नकदी ऐलान है फिर जफा ला दें नकदी 500 रुपया यार आ चादर ला लो 1000 की हैगी ये हो गया 500 हो गया जी मुड़ के लै गए वो तो आप साडे वांगू लैण आया तुसीं कहिंदे लै गया ਕੀ ਭਾਈ ਅਫੀਲ ਹਰ ਜੱਫੇ ਦਾ ਭਾਈ ਅਫੀਲ ਵਾਲਾ 500 ਰੁਪਿਆ ਜੀ ਆਸਫ ਚਲੋ ਕੋਈ ਨਹੀਂ ਕਿਹੜਾ ਦੇਣੇ ਆ ਜਿਹੜਾ ਮਰਜ਼ੀ ਕਹੀ ਜਾਓ ਬਾਲੀ ਆ ਗਈ ਬਾਲੀ ਆ ਗਈ ਤੇ ਸਟੇਜ ਤੇ ਆ ਭਾਈ ਆਸਫ ਕੋਈ ਗੱਲ ਨਹੀਂ ਸ਼ੁਕਰ ਮੇਲਾ ਚੱਲਦਾ ਰਹਿੰਦਾ ਵਾ ਇਹ ਤੁਹਾਡੇ ਵਿੱਚ ਤੁਹਾਡੀ ਹੌਸਲਾ ਅਫਜ਼ਾਈ ਦੇ ਨਾਲ ਹੀ ਇਹ ਮਾਸ਼ਾਅੱਲਾ ਗਰਾਉਂਡ ਆ ਜਾਂਦੇ ਆ ਚੱਲ ਵੀ ਸਾਕਬ ਹੀਰਾ ਲਓ ਜੀ ਅਗਰ ਸਾਕਬ ਲੈ ਕੇ ਜਾਂਦਾ ਨਹੀਂ ਵੀ ਇੱਕ ਦਫਾ ਸਟੇਜ ਤੇ ਸੱਣਾ ਵਾ ਭਾਈ ਇਰਫਾਨ ਬਿਲਕੁਲ ਨਾਸ ਸਟਾਪ ਰਿਹਾ ਹੁੰਦਾ ਇਹਦਾ ਹੱਕ ਭਰਦਾ ਵਾ ਤੇ ਅੱਗੇ ਉਹ ਬਲਾਲ ਜੋੜਾ ਆਏ ਹਾਏ ਜੋੜਾ ਅਗਰ ਜੱਫਾ ਲਾਉਂਦਾ ਤਾਂ 500 ਫੇਰ ਹੋ ਜਾਣਾ 500 ਦੋ ਕਿਲੋ ਹੋਏਗਾ 1000 ਰੁਪਇਆ ਹੋ ਗਿਆ ਜੀ ਆਸਫਾਨ ਜੀ ਭਾਈ ਅਲੀ ਸ਼ਾਹ ਕੋਈ ਲੈ ਦੋ ਉਹ ਲੈ ਭਾਈ ਅਲੀ ਸ਼ਾਹ 1000 ਹਰ ਤੇ ਰਾਣੇ ਸਮਾਨ ਕੋ ਵੀ ਲੈ ਬਲਾਲ ਇੱਥੇ ਆਏ 1000 ਰੁਪਇਆ ਜੀ ਭਾਈ ਅਲੀ ਸ਼ਾਹ ਦਾ ਜੀ
मुंडा डोगर की राह टकना चाहता पर देख के डोगर की करता पर पॉइंट लगी मोशन डोगर ना जी अजनाबाद चाली शाजे बुज्जा घबराना नहीं पिंड च बहुत गुज्जर अपना पिंड आजा गुजरा आजा फिर स्टेट आ जरा आजा आजा शदेव आ इधर भाई रसाल दे कोई ना माशाल्लाह जिंदाबाद जी इधर ला क्या केड़ा जी दाना हाय हाय ते जुबैर जट गुण जटारे कोटा दोनी आर्मी ले आ पॉइंट केदे खाते जुड़ गया पॉइंट हो गया जी जुबैर जट दा ला जी आखरी कबड्डी ਮੈਂ ਇੱਕ ਕਬੱਡੀ ਹੋਰ ਪਾਉਣੀ ਆ ਬਲਾਲ ਦਾ 500 ਹੋਰ ਹੋ ਜਾਊਗਾ ਜੇ ਅਗਰ 1500 ਦਾ ਭਾਈ ਅਲੀ ਖਾਨ 500 ਨੂੰ ਨਗਲ ਬਣਦਾ ਕਿ ਨਹੀਂ 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 ਇਧਰੋਂ ਇਧਰੋਂ ਅਗਰ ਤੀਸਾ ਜੱਫਾ ਦਾ 500 ਨਗਲ ਬਣਦਾ ਭਾਈ ਆਸਰ ਦਾ ਬਾਲੀ ਦਾ ਵੀ 500 ਲੱਗ ਵੀ ਬਾਲੀ ਤੇਰਾ ਵੀ 500 ਲੱਗ ਗਿਆ ਜੀ ਨਹੀਂ ਤੁਸੀਂ ਲਾਇਆ ਹੀ ਫੜਨ ਦੇ ਉਹਦੇ ਮੈਨੂੰ ਲੱਗਦਾ ਬਾਵਲੀ ਛੱਡਦੇ 500 ਲਗਾ ਤੇ ਇਹ ਹੁਣ 500 ਬਾਵਲੀ ਦਾ ਬਣ ਗਿਆ ਲੱਗਦਾ ਬਾਵਲੀ ਤੇਰਾ 500 ਵੀ ਹੋਗਾ ਭਾਈ ਆਸਫ ਹਾਲ ਇਹ ਖਾਤੇ ਖਾਤੇ ਵਾਲਾ ਵਾ ਖਾਤੇ ਵਾਲਾ ਲਓ ਜੀ ਆਹ ਕੌਡੀ ਦਾ ਫੈਸਲਾ ਜੀ माल का मैच यकीन करो आप लड़ाई चलो चलो उठो 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 एक्टिव हो पांच भाई ठीक है जिदा भाई तारक तू कहना आप तेरी मननी पे माना वे मैच में ज्यादा चा सहस मैच जी चल विशा देव पुजा रख ला गया बावली जट आए हाय बावली जट पॉइंट का गुजरा ने मुकरा तारी होनी चाहिए लो जी पांच पांच कबड्डिया भी तगड़ी कबड्डी पांच पांच कबड्डिया दो पास चल जी खालिद कुट्टा कि अंब फलदा मोरी गिणिया सब्जियां विच करेला चरी कमाल दी दीस ना कोई जे ना लगे तेला हुसन जवानी सब तो सोनी सोना जगदा वेला ते पारस जवानी सब तो जगी पैरा छेकर वेला आए हाय बलाल जोड़ा पैरा छेकर वेला बलाल जोड़ा खालिद कुट्टे दा कबड्डी केले बराबर चल विश्वास कमर पट्टी के पिंडो शहर आके मैं पछताना वा अपना कद वधा के मैं पछताना वा नेम दे पत्थर लोग भी पूछ के जाते सन घर तेरी ना बूटा लाके मैं पछताना वा तेरी आसा साहब दाना दुश्मन ना मरदा ते जिंदा सी मूर्ख नु अपना यार बना के मैं पछताना वा अली हमार गोरसी गुज्जर चस आ रही है माना लखा रुपया लाके तेरी चस भी जी तेरी अज चस आई है बुलाल बैटरी लो हो गई आई है लाल बाबा 500 नगदी है भाई आसे वालों जीओ बख्शिया बख्शा बख्शा पॉइंट गोल कर दा कोडिया नंबर पे जी वाली जट पूरी सेंड करूंगा ਆਉ ਤੇ ਲੈ ਇਹ ਐਂਡ ਤੋਂ ਕੱਟ ਕੇ ਕਰਦੀ ਨਾ ਭਾਵੇਂ ਠੀਕ ਹੈ ਭਾਜੀ ਵਾਲੀ ਜੱਟ ਬਣਦੇ ਰਹੀ ਆ ਪਰ ਉਹ ਨੇਗਾ 500 ਰੁਪਿਆ ਵਾਲੀ ਜੱਟ ਦੀ ਦੇਰ ਦੇ ਤੇ ਜੀ 500 ਰੁਪਿਆ
ਆਪਣਾ ਤਲਹਾ ਬੱਤੀ ਅਰੇ ਨੂੰ ਹੱਥ ਲਾ ਬੈਠਾ ਵਾ ਬਾਲੀ ਆ ਗਿਆ ਤੂੰ ਮੈਂ ਤਾਂ ਲਾ ਗਿਆ ਭਾਈ ਬਲਾਲ ਨੇ ਸਲਾਹ ਜੀਤ ਖਾਧੀ ਹੈ ਬਾਲੀ ਆ ਗਿਆ ਵੀ ਪੰਜ ਸਵਾਲ ਆ ਕੇ ਫਿਰ ਮੈਂ ਤੈਨੂੰ ਲੈ ਕੇ ਦੇਣਾ ਅੱਧਾ ਆਪਣਾ ਸ਼ਾਬਾਸ਼ ਮਾਸ਼ਾਅੱਲਾ ਬਹੁਤ ਤਕੜਾ ਮੈਚ ਜਿਹੜਾ ਦੇਖਣ ਨੂੰ ਮਿਲ ਗਿਆ ਹੈ ਕਹਿੰਦਾ ਸੋਹਣਾ ਸੋਹਣਾ ਤਾਂ ਵਾਕਈ ਹੈਗਾ ਲਾਲੇ ਅਕਬਰ ਦਾ ਮਾਸ਼ਾਅੱਲਾ ਸੋਹਣਾ ਬਸ ਸਾਕਬ ਸਾਕਬ ਤੇਰਾ ਵੀ ਨਾਮ ਕਰਦਾ ਭਾਈ ਇਰਫਾਨ ਇਹਦਾ ਵੀ ਨਾਮ ਮੁੰਡੇ ਨੇ ਬਿਲਕੁਲ ਜੱਫਾ ਨਹੀਂ ਹੋਇਆ ਭਾਈ ਇਰਫਾਨ ਦੇ ਹੋਇਆ ਭਾਈ ਆਸਫ ਇਹਦਾ ਵੀ ਖਾਤੇ ਦੇਖ ਲਈਏ ਭਾਈ ਇਰਫਾਨ ਇੱਧਰ ਇੱਧਰ ਆ ਸਟੇਜ ਤੇ ਆ ਦੌੜ ਕੇ ਉਹ ਮੁੱਕਰ ਨਾ ਜਾਵੇ ਬਿਲਕੁਲ ਨਾਨ ਸਟਾਪ ਰਿਹਾ ਵਾ ਲੈ ਵੀ ਪੁਆਇੰਟ ਲੱਗਦਾ ਗੁੱਜਰ लाला अकबर की कहना गल मान लो जी पॉइंट कहना जी रेट का पॉइंट शाह गुजर का बराबर वाद हो गया चल भी खाल मुटा भाई भलेखा लगा दोबारा पाए पाए पा लो चाबी बाली जट अगर ले आंदा तो 1500 हो जाना भाई आसफ आ दे ना भाई ओए हाय हाय जिया जिया जिंदगी जिंदा दली का नाम है पूरा दिल के खान किया करते हैं पॉइंट है भाई 13-11 शहीद कबड्डी क्लब का बाली आ गई फिर 500 पुत्र तेरा आ जा जितने भी लफ्ज ले ले हजार हजार भाई आस बोलो आए हाय कोई गल नहीं कोई गल नहीं कोई नहीं बचत होगी कोई नहीं अगर बलाल का था तो फिर बलाल का 500 रुपए की रेट की भाई निशान बाबे लगा सालो तो तेनों जो जफा लगा तो साइड तो लाओ हाय 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 बहुत दुनिया भरता बहुत प्यार देखो स्पेशली मैच देखना है इधर सरोज कबर भट्टी हाय आ की हो गया बहादरी छट मैनू लगता फिर दो दो पैनिया वा बाद मैच का जितने नतीजा नहीं निकलिया कौटियां पाई जानिया इधर जबैर लिया हम ਹੁਣ ਕੀ ਕਰਨਾ ਦੱਸੋ ਮੈਚ ਬੜਾ ਜ਼ਬਰਦਸਤ ਹੋਇਆ ਕੀ ਕਹੋਗੇ ਕਿੱਦਾਂ ਮੈਚ ਮਜ਼ਾ ਆਇਆ ਜੇ ਬੜੀ ਮਿਹਰਬਾਨੀ ਸਾਜੀ ਬੜੀ ਮਿਹਰਬਾਨੀ